हाँ जी चुनौती कौन हो? जी दोस्तों, उस्ताद आमिर हयात खान साहब अपने वीडियो जोड़ों का शो करवा रहे हैं अपने लाहौर से आए हुए मेहमानों का। उस्ताद सनाउल्लाह कुरैशी साहब हैं जी, उस्ताद मियां अमजद साहब हैं, उस्ताद अब्दुल रज़ाक साहब हैं जी। इधर भी लाइन नहीं है, यूपीएस से चल रहा था। ਦੇਲੇ ਅਸਰਾਂ ਦੇ ਨਹੀਂ ਇਹੋ ਜੀ ਮਾਦੀਆਂ ਨਾ ਪੜੋ ਕੋਈ ਗੱਲ ਨਹੀਂ ਅੰਡਿਆਂ ਤੇ ਆਈਏ ਕੋਈ ਗੱਲ ਨਹੀਂ ਬੈਕਗ੍ਰਾਉਂਡ ਕੀ ਹੈ ਇਹਨੂੰ ਮੇਲ ਨੇ ਜੀ ਕਾਫੀ ਤਰ੍ਹਾਂ ਦੇ ਵਿੱਚ ज्यादा इनू छोड़ सारे गोल गुड़े देने पिपला ले कबूतर ले ज्यादा कुछ साढ़े अपने में कुछ 30-35 साल तो मुर्दे असि उन्होंने बीट रखी हुई है तुम दिखाने उन्होंने कुछ कुछ मैना करा से पैंथर का क्रास है जी सारी एक ब्रीड आ रही है जी भी पहले वाले जुड़े का पट्ठा जी है जी जी हाँ जी हाँ जी अखा ओह जिहियां ने कबूतरां दी मैं भी ले सी उन्होंने को दुबई सैटल हो गए कृष्णमाल उत्थे बड़े बिच उत्थे बड़े बिके नहीं नाइट विजन ने जी सारे 100% रोज परिवार है बिच है ना हाँ जी पंच पर ने जी 79 वाले ने जी 79 वाले ने जी अच्छा रोज पुरी ने जी अखा 79 वाले ने भी चल गए पिपला वाले पिपला वाले बटेरे ने बटेरा क्रॉस भी है जी पंच क्रॉस है अभी उससे जुड़े जी तो इतने ज्यादा क्रॉस क्यों पाए जी ये मजमूआ बना के फिर परवाह नहीं खूब असी फिर जिना नु उड़ाने आ ना जी तनु असल भी खान पहला जोड़ा असल दिखाया ना उस तो बाद असी फिर ना मादियां ਆਪਣੀਆਂ ਕਰ ਲੈਂਦੇ ਹਾਂ ਕਦੀ ਨਰ ਚੇਂਜ ਕਰ ਲੈਂਦੇ ਹਾਂ ਕਦੀ ਜਦੋਂ ਫਿਗਰ ਖਰਾਬ ਹੋਣ ਲੱਗ ਜਾਂਦਾ ਉਹਦੇ ਵਿੱਚ ਅਸੀਂ ਇੱਕ ਅੱਧਾ ਪੀਸ ਹਮ ਬਰੀਡ ਨਹੀਂ ਹੁੰਦੀ ਹਮ ਬਰੀਡ ਨਹੀਂ ਹੁੰਦੀ ਇਸ ਵਾਸਤੇ ਅਸੀਂ ਇਹਨਾਂ ਚ ਨਾ ਕ੍ਰਾਸ ਕਿਹੜੀਆਂ ਦਾ ਵੀ ਪਾ ਰਹੇ ਟੈਡੀ ਇੱਕ ਮਾਦਾ ਸਾਡੇ ਕੋਲ ਆਈ ਸਿਰਫ ਇੱਕ ਮਾਦਾ ਉਹਨੂੰ ਅਸੀਂ ਵਿੱਚ ਪਾਇਆ ਹੋਇਆ ਅਤੇ ਇੱਕ ਨਰ ਵੀ ਸਾਡੇ ਕੋਲ ਆਇਆ ਜੀ ਮਾਦਾ ਜਿਹੜੀ ਸਾਡੀ ਉਹ ਮਾਰਾ ਵਾਲੀ ਸੀ ਜੀ ਨਰ ਹਾਂਜੀ ਨਰ ਪਤਾ ਨਹੀਂ ਕਿਹੜਾ ਜੀ ਸਾਨੂੰ ਉਹਦਾ ਪਤਾ ਕੋਈ ਨਹੀਂ ਪਰ ਮਹਿਰਾਂ ਦੀ ਹੁੰਦੀ ਨਾ ਤੇ ਚੁੰਝਾਂ ਚਿੱਟੀਆਂ ਹੋ ਜਾਂਦੀਆਂ ਪੱਠੀ ਹੈ ਜੀ ਅੱਛਾ ਉਸ ਨਰ ਨਾਲ ਲਗਾਈ ਜੀ ਚੁੰਝਾਂ ਚਿੱਟੀਆਂ ਬੜੀ ਦੇਰ ਦੀਆਂ ਮੁਕਾਤੀਆਂ ਨੇ ਅੱਜ ਦੀ ਗੱਲ ਤਾਂ ਨਹੀਂ ਕਰ ਰਿਹਾ ਜੀ ਅੱਛਾ ਅੱਗੋ ਪੈ ਬੂ ਗਏ ਨੇ ਤੇ ਕ੍ਰਾਸ ਹੋ ਗਏ ਨੇ ਮੱਥੇ ਤੇ ਇਹ ਵੀ ਇੱਕ ਬਰੀਡਿੰਗ ਵਾਸਤੇ ਨਹੀਂ ਲਗਾਇਆ ਜੀ ਇਹ ਸਾਰੇ ਰੋਕਣ ਵਾਸਤੇ ਇਹ ਰੋਕਣ ਵਾਸਤੇ ਨੇ ਜੀ ਅੱਛਾ ਜੀ ਬੜੇ ਮਜ਼ਬੂਤ ਨੇ ਜੀ लाखे पाके भी कड़े हुए ने लाखे पाके भी कड़े ये साडे कोल तकरीबन 20-25 साल तो जेड़े ने ना ऐसी साडे कबूतर अपने ने ਉਹਨਾਂ 'ਚ ਫਿਰ ਕੋਈ ਨਾ ਕੋਈ ਤੁਸੀਂ ਪਰਿੰਦਾ ਜਿਹੜਾ ਚੇਂਜ ਕਰ ਲਏ ਨਹੀਂ ਉਹ ਅੱਛੀ ਗੱਲ ਹੈ ਇਹ ਬਹੁਤ ਅੱਛੀ ਗੱਲ ਹੈ ਹਾਂਜੀ ਉਹ ਸਾਡੇ ਉਸਤਾਦ ਦੀ ਜਿਸਮ ਅੱਛੇ ਨੇ ਮੈਂ ਖਾਨ ਸਾਹਿਬ ਨਹੀਂ ਪਾਉਂਦੇ ਉਹ ਨਹੀਂ ਕਹਿੰਦੇ ਨਹੀਂ ਉਹ ਨਾਲੇ ਉਹ ਕਾਲੇ ਨਾਲ ਜਿਹੜਾ ਉਹ ਕਾਲੇ ਉਸ ਉਹ ਠੀਕ ਹੀ ਉਹਨਾਂ ਦੀ ਗੱਲ ਠੀਕ ਸੀ ਸਾਡੇ ਉਹ ਵੀ ਸਾਡੇ ਸਾਡੇ ਮੌਸਮ ਸੀ
ਹੁਣ ਫਲੱਡ ਲਾਈਟ ਹੋ ਗਿਆ ਹਾਂਜੀ ਹਾਂਜੀ ਠੀਕ ਕਹਿ ਰਹੇ ਤੁਸੀਂ ਮੈਂ ਤੇ ਅਕਸਰ ਉਸ ਦੌਰ ਦੀ ਕਬੂਤਰ ਬਾਜ਼ੀ ਨੂੰ ਠੀਕ ਕਹਿਣਾ ਜੀ ਕਿ ਬਾਰਬੀਕਿਊ ਕਬੂਤਰ ਬਾਜ਼ੀ ਨੂੰ ਐਸੇ ਤਰ੍ਹਾਂ ਹੀ ਐਸੇ ਤਰ੍ਹਾਂ ਉਹਦੇ ਫਲੱਡ ਲਾਈਟ ਉੱਡਨੇ ਨੇ ਹੁਣ ਓਵਰ ਟਾਈਮ ਹੋ ਰਿਹਾ ਹੈ ਓਵਰ ਟਾਈਮ ਸਾਡੇ ਅਕਸਰ ਕਬੂਤਰ ਲਾਈਟ ਚ ਲਾਦੇ ਨਾਲ ਸਾਨੂੰ ਪਤਾ ਹੈ ਸ਼ਾਹ ਸਾਹਿਬ ਨੂੰ ਪਤਾ ਅਕਸਰ ਕਬੂਤਰ ਓਵਰ ਟਾਈਮ ਹੋ ਜਾਂਦੇ ਨੇ ਜੇਠ ਇਹ ਵੀ ਉਸੇ ਬਰੀਡ ਵਿੱਚ ਜੀ ਲੇਕਿਨ ਇਹਦਾ ਬਾਪ ਹੋ ਰਿਹਾ ਇਹ ਹੁਣ ਬਾਪ ਕੱਢ ਲਿਆ ਨਾ ਵਿੱਚੋਂ ਦੁਬਾਰਾ ਫਿਰ ਆਪਣੇ ਬਰੀਡ ਚ ਲੈ ਠੀਕ ਰਹਿਣਗੇ ਦੁਮਾ ਬੜੀਆਂ ਅੱਛੀਆਂ ਬਣਾ ਪਹਿਲੇ ਵਾਲਾ ਜੋੜਾ ਨੀ ਦੁਮਾ ਟੋਟਲ ਕਰਦੇ ਕੋਈ ਜਿਹੜਾ ਪਰਿੰਦਾ ਬਾਹਰ ਦਾ ਤੁਹਾਨੂੰ ਦਿਖਾਵਾਂਗੇ ਦੱਸਾਂਗੇ ਜੀ ਬਾਹਰ ਦਾ ਇਹ ਚਾਰ ਤਿੰਨ ਤਿੰਨ ਚਾਰ ਚਾਰ ਨਸਲਾਂ ਤੋਂ ਨਾ ਹੁਣ ਕਰਦੇ ਮੇਰੇ ਮੈਂ ਪਹਿਲਾ ਨਰ ਦੇਖਿਆ ਉਹਨੂੰ ਬਹੁਤ ਪਸੰਦ ਹਾਂਜੀ ਇਹ ਉਹਨਾਂ ਦਾ ਪੱਠਾ ਹੀ ਹੈ ਇਹ ਉਹਨਾਂ ਦੇ ਪੱਠੇ ਆ ਰਹੇ ਨੇ ਤੁਸੀਂ ਮੇਰੇ ਕੋਲ ਪੁੱਛੇ ਜਿਹਨਾਂ ਵੀ ਇਹ ਪੱਠਾ ਹੈ ਇਹ ਉਹਨਾਂ ਦਾ ਬੇਟਾ ਹੀ ਹੈ ਜੀ ਪਹਿਲੇ ਵਾਲੇ ਨਾਲ ਜੋੜ ਇਹ ਸਾਡੇ ਕੋਲ 29 ਨੰਬਰ ਬਰੀਡ ਸੀ ਜੀ ਚੈਂਪੀਅਨ ਬਰੀਡ ਰਹੀ ਸਾਡੀ 29 ਨੰਬਰ ਸਾਡੇ ਕੋਲ ਉੜਦਾ ਵੀ ਰਿਹਾ ਨਾ ਜੀ 5 ਸਾਲ ਹੋ ਗਏ ਦੋਸਤੋ 4 ਸੀਜ਼ਨ ਸਾਡੇ ਕੋਲ ਜੇ ਠੁੱਡੇ 4 ਸੀਜ਼ਨ ਕਿ 5 ਸੀਜ਼ਨ ਹਾਂਜੀ 4 ਸੀਜ਼ਨ ਅਸੀਂ ਜੀ ਹੁਣ ਕੋਈ ਕੰਡਾ ਨਹੀਂ ਵੇਚਦੇ ਕੋਈ ਸ਼ਾਇ ਨਹੀਂ ਵੇਚਦੇ ਅਸੀਂ ਹੁਣ ਸਿਰਫ ਬਲੱਡ ਸਾਨੂੰ ਪਤਾ ਕਿ ਇਸ ਤਰ੍ਹਾਂ ਲੈ ਪਾਉਣਾ ਇਹਦਾ ਪਰ ਉਹ 2 ਕੰਡੇ ਵਾਲਾ ਬੱਚਾ ਜ਼ਾਇਆ ਹੁੰਦਾ ਲਾਜ਼ਮੀ ਹੁੰਦਾ ਚੈੱਕ ਕਰ ਲੈਣਾ ਸਾਡੇ ਕੰਡੇ ਨਿਕਲਦੇ ਹੀ ਨਹੀਂ ਜੀ ਕਬੂਤਰ ਬਿਲਕੁਲ ਸਾਡੇ ਕੋਲ ਤਕਰੀਬਨ ਚਾਚਾ ਜੀ ਮੈਨਾ ਨੂੰ ਕਿੰਨੇ ਸਾਲ ਹੋ ਗਏ ਆਪਣੇ ਕੋਲ ਮੈਨਾ ਬਰੀਡ ਨੂੰ ਕਿਉਂ ਸਾਹ ਜੀ ਅਸੀਂ ਤਾਂ ਦੇਸੀ ਕਬੂਤਰ ਕਹਿੰਦੇ ਦੇਸੀ ਕਬੂਤਰ ਤੇ ਉਹ ਹੁੰਦਾ ਹੀ ਜਿਹੜਾ 12 ਵਜੇ ਪੈ ਜਾਏ ਸਾਡੇ ਦੇਸੀ ਹੈ ਉਹ ਦੇਸੀ ਅੱਛੀ ਉੜੀ ਹੈ ਜੀ ਇਹ ਮਾਦਾ ਵੀ ਲੇਕਿਨ ਥੋੜੀ ਗਲਤ ਹੋ ਗਈ ਸੀ ਟਾਵਰ ਤੇ ਬੈਣ ਲੱਗ ਗਈ ਸੀ ਅੱਛਾ ਮਤਲਬ ਕਿ ਰਾਤ ਆਂਦੀ ਸੀ ਟਾਵਰ ਤੇ ਬੈਠ ਜਾਂਦੀ ਸੀ ਕਰਨੀ ਸੀ ਬੈਠ ਦੀ ਆ ਗਿਆ ਇਹ ਵੀ 29 ਨੰਬਰ ਕਿਹੜਾ ਹੁੰਦਾ ਨਾ ਉਹਦਾ ਭਰਾ ਸੱਕਾ ਭਰਾ ਇਹ ਸੱਕਾ ਭਰਾ 29 ਨੰਬਰ ਆ ਗਿਆ ਬੜਾ ਬੜਾ ਇਹਦਾ ਭਰਾ ਉੱਡਿਆ ਜੀ ਜੀ ਸਾਰੇ ਉੜਦੇ ਨੇ ਜੀ ਸਾਰੇ ਉੜਦੇ ਨੇ ਜੀ ਬਹੁਤ ਅੱਛਾ ਉੜਦਾ ਰਿਹਾ 4 ਸੀ 2 3 ਰੋਕ ਕੇ ਬਾਕੀ ਉੜਾ ਕੇ ਵਾਪਸ ਲੈ ਆਈਦੇ ਨੇ ਸਹੀ ਕੁੜੀ ਕੁੜ ਬਣ ਗਿਆ ਅੱਛਾ ਇਹ ਵੀ ਬਹੁਤ ਅੱਛਾ ਉੜੀ ਹੈ ਅੱਛਾ ਉੱਥੇ ਬੈਠੇ ਦੇ ਜੀ ਜੀ ਇੱਕ ਦੋ ਉੜਾਏ ਸੀ ਫਿਰ ਸਾਰੀ ਜੁਰਤ ਨਹੀਂ ਪਈ ਉਹ ਵੀ ਲੈ ਆਉਂਦੇ ਸੀ ਵਾਪਸ ਸਾਢੇ 11 ਪੌਣੇ ਉਹਨਾਂ ਨੂੰ ਥੋੜ੍ਹੇ ਪਰਸ ਹੀ ਲਓ
ਸਾਡੇ ਕੋਲ ਉਹਨਾਂ ਦਾ ਮਤਬਾਦਲ ਜੋ ਹੁੰਦਾ ਪਿੱਛੇ ਸੈਕਿੰਡ ਟੀਮ ਸਲੋ ਕਰ ਸੈਕਿੰਡ ਟੀਮ 'ਚ ਕਰ ਲਈ ਦਾ ਨਾ ਬਾਹਰ ਨਾ ਜੀ ਪੱਠੇ ਦੇ ਛੱਤ ਤੱਕ ਨਹੀਂ ਹਨੇਰੇ ਦੇ ਕਬੂਤਰ ਸੰਘਣਾ ਲੱਗਿਆ ਪਰ ਲੇਕਿਨ ਜ਼ਿਆਦਾ ਫਿਰ ਨਾ ਜੀ ਅਕਸਰ ਓਵਰ ਟਾਈਮ ਹੁੰਦੇ ਖੁਰਾਕ ਖੁਰੂਕ ਥੋੜ੍ਹੀ ਘੱਟ ਕਰੋ ਉਹਨਾਂ ਨੂੰ ਉਹਨਾਂ ਨੂੰ ਅੱਧੀ ਕਰੋ ਮੋਟਾ ਦਾਣਾ ਪਾਉਣਾ ਉਹਦੇ ਕੀ ਹੈ ਨਾ ਜੁਗਾੜ ਕਰੋ ਨਾ ਐਸਾ ਕਿ ਜੀ ਪਤਾ ਕੀ ਹੈ ਜਦੋਂ ਕਬੂਤਰ ਹਨੇਰੇ ਦਾ ਅੱਧੀ ਹੋ ਜਾਂਦਾ ਨਾ ਜੀ ਇਹ ਬਿਲਕੁਲ ਇਹਦੇ 'ਚ ਮਾੜਾ ਜਿੰਨਾ ਵੀ ਸਾਹ ਹੋਵੇ ਨਾ ਜੀ ਅਤੇ ਕੋਸ਼ਿਸ਼ ਕਰਦਾ ਰਹਿੰਦਾ ਵੀ ਲਾਈਟ ਚਲੇ ਦੇ ਪਵਾਂ ਲਾਈਟ ਚਲੇ ਦੇ ਪਵਾਂ ਜਦੋਂ ਇਹ ਵੀ ਇੱਕ ਆਪਣਾ ਨਸ਼ਾ ਕਬੂਤਰ ਅੱਲਾਹ ਅਕਬਰ ਹੁੰਦਾ ਹੈ ਨਾ ਜੀ ਅਸੀਂ ਫਿਰ ਜਨਰੇਟਰ ਚਲਾ ਦਿੰਦੇ ਹਾਂ ਜੀ ਫਿਰ ਬਾਬਡਾ ਨੂੰ ਕੱਟ ਦਿੰਦੇ ਹਾਂ ਇਹਨਾਂ ਦਾ ਬਾਪ ਵੀ ਉਹੀ ਹੈ ਜੀ ਤੁਸੀਂ 79 ਵਾਲੇ ਕਬੂਤਰ ਕਿੱਥੋਂ ਲੈਂਦੇ ਉਹਨਾਂ ਕੋਲ ਡਾਇਰੈਕਟ ਆਏ ਸੀ ਡਾਕਟਰ ਰੋਨ ਜ਼ਫਰ ਆਪ ਸਿਰ ਨਾਲ ਇੱਥੇ ਆ ਕੇ ਕਬੂਤਰ ਦੇ ਕੇ ਗਿਆ ਸਾਨੂੰ ਮੇਰੇ ਨਾਲ ਬੜਾ ਪਿਆਰ ਸੀ ਕਬੂਤਰ ਸਾਨੂੰ ਮੀਰ ਮੁਖਤਿਆਰ ਖਾਨ ਦੇ ਜੇਠੇ ਸ਼ਾਗਿਰਦ ਨੇ ਨਾ ਸਭ ਤੋਂ ਪਹਿਲੇ ਮੀਰ ਮੁਖਤਿਆਰ ਖਾਨ ਦੇ ਸ਼ਾਗਿਰਦ ਤੋਂ ਪਰਸੋਂ ਲਈ ਕੋਈ 30 ਸਾਲ ਬਾਅਦ ਪਹਿਲਾ ਸ਼ਾਗਿਰਦ ਮਾਸਟਰ ਇਰਫਾਨ ਆਲਮ ਸਾਹਿਬ ਦੇ ਮਾਮੂ ਨੇ ਨਾ ਮਾਸਟਰ ਮਾਨ ਸਾਹਿਬ ਦੇ ਇਹ ਸਾਨੂੰ ਇਹਨਾਂ ਦੇ ਬਾਓ ਜੀ ਦਾਦ ਉੱਥੋਂ ਹੀ ਨੇ ਫਿਰ ਇੱਥੇ ਘਰ ਘਰ ਹੀ ਚਾਹੀਦਾ ਵਾਧਾ ਘਾਟਾ ਫਿਰ ਜਾਗ ਸਾਨੂੰ ਉੱਥੋਂ ਲੱਗੀ ਸੀ ਲਾਖੇ ਪਾ ਦਿੱਤੇ ਸੀ ਵਿੱਚ ਪੱਠੀ ਨਹੀਂ ਜੀ ਸਤਾਈ ਦੀ ਹੈ ਕਿਹੜਾ ਉੱਡਦਾ ਨੀ ਰਿਹਾ ਜੀ ਇਹ 7 ਨੰਬਰਾਂ ਦਾ ਪਿਓ ਨਹੀਂ ਆਪਣੇ ਕੋਲ ਡੀ ਮੇਜਰ ਹਰ ਪਰਿਵਾਰ 'ਚ ਜੀ ਦੋ ਤਿੰਨ ਇੱਕ ਦੋ ਤਿੰਨ ਕਬੂਤਰ 7 ਵਜੇ ਤੋਂ ਬਾਅਦ ਮਗਰੋਂ ਤੋਂ ਬਾਅਦ ਜੇਠ ਇੱਚ 7 ਲਿਖਦੀ ਲੇਕਿਨ ਇੱਕ ਚੀਜ਼ ਹੈ ਕਿ ਮਗਰਬ ਖਾ ਜਾਂਦੀ ਆਊਟ ਹੋਣ ਦੀ ਯਾਰ ਕਾਂਸੂ ਚ ਵੀ ਆਖਰੀ ਬਾਜ਼ੀ ਤਿੰਨ ਨਹੀਂ ਪਿਆ ਜੋ ਤਿੰਨ ਬੈਠੇ ਆਏ ਨਹੀਂ 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 ਉਸ ਆਖਰੀ ਤਿੰਨ ਜਿਹੜੇ ਸਾਡੇ ਸਾਨੂੰ ਜਦੋਂ ਬੱਦਲ ਪਿਆਰ ਨਿਕਲੇ ਕਹਿ ਨਹੀਂ ਨਾ ਸਕਦੇ ਅਸੂ ਦਾ ਕੁਝ ਵੀ ਨਹੀਂ ਕਰ ਸਕਦੇ ਅਸੂ ਦੇ ਲੱਕ ਉਹ ਤੁਹਾਡੀ ਲੱਕ ਜਿਹੜਾ ਲਾਏਗਾ ਹਨੇਰੇ 'ਚ ਉਹਦੀ ਬੈਠਣਗੇ ਲਾ ਲਾ ਕੇ ਲਾ ਕੇ ਵੀ ਹਨੇਰੇ 'ਚ ਬੜੇ ਚਾਂਸ ਦੇ ਸੁਪਰ ਡੁਪਰ ਲੱਗੇ ਸੀ ਜਿਹੜੇ ਉਹ ਨਾ ਜੀ ਟਾਈਮ ਉਂਝ ਹਨੇਰੇ ਦਾ ਕਾਫੀ ਮਿਲ ਜਾਂਦਾ ਕਬੂਤਰ ਨੂੰ ਅਸੂ 'ਚ ਨਾ ਬੈਣ 6 7 ਵੀ ਕਿਹੜਾ ਪਹਿਲਾ ਜੋੜਾ ਜੀ ਉਹਨਾਂ ਦੀ ਪੈਣ ਹੈ ਜੀ ਅੱਛਾ ਅੱਛਾ ਤੇ ਪਰ ਮੋਹ ਦਾ ਥੋੜਾ ਮੁਖਤਲਿਫ ਹਾਂ ਜੀ ਇਹਦੇ ਜਨਮ ਮੋਹ ਲਾ ਗਿਆ ਜੀ ਲੱਕੜ ਦੇ ਨਾਲ ਲਾਓ ਜੇ ਉਹਨੂੰ ਤੇ ਅੰਡੇ ਲਾ ਦੇ ਲੱਕੜ ਦੇ ਨਾਲ ਬੱਚੇ ਉਡਾਏਗਾ ਮੈਂ ਉਹਦਾ ਮਤਲਬ ਕਹਿ ਰਿਹਾ ਪਹਿਲਾ ਕਬੂਤਰ ਤੁਸੀਂ ਦਿਖਾਇਆ ਨਾ ਮੈਨੂੰ ਦੱਸਿਆ 4 ਸੀਜ਼ਨ ਸਾਡੇ ਕੋਲ ਉੜਿਆ ਜੀ ਤੇ ਅੱਲਾਹ ਤਾਲਾ ਨੇ ਉਹਨੂੰ ਇੱਜ਼ਤ ਹੀ ਦਿੱਤੀ ਜੀ ਭਾਈ ਜਾਨ ਮੈਂ ਘਰ ਹਾਂ ਘਰ ਵਾਲੇ ਡੇਰੇ ਜੋ ਮੈਨੂੰ ਉਹਨੇ ਨਸ਼ਾ ਦਿੱਤਾ ਅਸਲਾਮ ਅਲੈਕਮ ਘਰ ਵਾਲੇ ਡੇਰੇ ਆ ਉਸ ਬਾਅਦ ਉਹਦੀ ਇੱਕ ਭੈਣ ਸੀ ਉਹ ਵੀ ਅੱਛੀ ਸੀ ਜੀ ਨਹੀਂ ਉਹਦੀ ਪੱਠੀ ਸੀ ਪੱਠੀ ਸੀ ਜੀ ਆ ਉਹਦੀ ਪੱਠੀ ਸੀ ਐ ਭੈਣ ਇੱਕ ਭਾਈ ਦੇਖਿਆ ਉਹ ਇਹਨਾਂ ਦਾ ਭਰਾ ਜੀ ਆਪਣਾ ਐਡਵੋਕੇਟ ਜਨਰਲ ਸਾਹਿਬ ਮੈਂ ਘਰ ਵਾਲੇ ਡੇਰੇ ਤੇ ਹਾਂ ਦੇਖੀ ਕਿੱਧਰ ਗਿਆ ਨੇ ਸਹੀ ਦਿਨ ਨੂੰ ਛੋਕਰਾਂ ਦਾ ਮਜ਼ਾ ਆਉਂਦਾ ਸਹੀ ਦਿਨ ਦੇ ਅੰਦਰ ਪੂਰੀ
ਬਹੁਤ ਅੱਛੇ ਮਾਸ਼ਾਅੱਲਾ ਕਬੂਤਰ ਨੇ ਜੀ। ਬਰੀਡ ਚੇਂਜ ਕਰ ਲਓ ਨਾ। ਵਾਲੇਕੁਮ ਸਲਾਮ, ਕੀ ਹਾਲ ਪੰਜ ਵੀਰ, ਕਿਸੀ ਹੋ ਬਰੀਡ ਚੇਂਜ ਕਰ ਲਿਆ? ਅਲਹਮਦੁਲਿਲਾ, ਸ਼ੁਕਰ ਅਲਹਮਦੁਲਿਲਾ। ਸ਼ਾਇਦ ਸਰ ਅਸੀਂ ਤਾਂ ਜੀ 2 ਵਜੇ ਦਾ ਪ੍ਰੋਗਰਾਮ ਰੱਖਿਆ ਸੀ ਜੀ, ਸਭ ਠੀਕ ਠਾਕ। ਹਾਂਜੀ ਠੀਕ ਜਾ ਰਿਹਾ। ਹਾਂਜੀ ਉਹ ਮੈਂ ਕੱਲ ਕਹਿ ਰਿਹਾ ਸਾਂ ਮਿਸਟਰ ਜੀ, ਮੈਂ ਕਿਹਾ ਬਾਜੀ ਨੂੰ ਫੋਨ ਕਰਦੇ ਆ, ਫਾਈਨ ਕਰਨਾ ਲੱਖ ਕਹਿੰਦੇ ਆ ਉਹਨਾਂ ਨੇ, ਇਹ ਵੀ ਪ੍ਰਮੋਦ ਨੇ, ਇਹ ਵੀ 79 ਵਾਲੀ ਨੇ ਜੀ, 79 ਵਾਲੀ ਨਹੀਂ ਮਾਸਟਰ, ਨਹੀਂ ਇਹਨਾਂ ਵਿੱਚ ਜ਼ਿਆਦਾ ਪਰ ਆ ਗਿਆ 79 ਵਾਲਿਆਂ ਦਾ ਜੀ। ਨਹੀਂ ਨਹੀਂ ਕੋਈ ਇਹਦੇ 'ਚ ਕੋਈ ਸ਼ੱਕ ਨਹੀਂ, ਮਾਸਟਰ ਵਾਲੇ ਅਸਟਰ ਦੇ ਗੜ ਦੇ ਅੱਖਾਂ ਕਿੰਨਾਂ ਦੇ ਗਈਆਂ, ਅੱਖਾਂ ਇਹਨਾਂ ਦੇ ਨੀਲੀਆਂ ਨੇ ਜੀ, ਹਾਂ ਨੀਲੀਆਂ ਨੇ, ਨੀਲੀਆਂ ਖਰਾਬ ਵਾਲੇ ਮੁxtਲਿਫ ਨੇ ਨਾ, ਅਤੂ ਸੇ ਉਹ ਦੋਨਾਂ ਤੋਂ ਮੁxtਲਿਫ ਨੇ। ਹਾਂਜੀ ਹਾਂਜੀ ਉਹ ਪੈਰਾਗੋਨ ਦੇ ਕੋਲ ਇਹਨਾਂ ਵਿੱਚ ਜ਼ਰਾ ਪ੍ਰੋਟੀਨ ਜ਼ਿਆਦਾ ਆ ਗਿਆ ਥੋੜਾ ਉਧਰ। ਅੱਛਾ 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 ਦੋਨੋਂ ਇੱਕ ਹੀ ਨੇ ਜੀ। ਇਹਦੇ ਵਿੱਚ ਕੋਈ ਚਿੜੀਆਂ ਵਾਲਿਆਂ ਦਾ ਪਤਾ ਨਹੀਂ, ਇਹਦੇ ਪਰ 'ਚ ਫਰਕ, ਚਿੜੀਆਂ ਦਾ ਪਤਾ ਇਹਦੇ ਪਰ ਵਿੱਚ। ਹਾਂ ਹਾਂ ਅੱਛਾ ਅੱਛਾ ਮੈਂ ਕਿਹਾ ਮੀਆਂ ਜ਼ਫਰ ਵੀ ਫੌਤ ਨਹੀਂ ਹੋ ਗਏ? ਹਾਂਜੀ ਫੌਤ ਹੋ ਗਏ। ਹਾਂ ਹਾਂ ਬਹੁਤ ਲਾਜਵਾਬ ਪਰ ਉਹ ਬਹਿੰਦਾ ਉਹ ਮੁੰਡਾ ਆਪਣਾ ਨਾ 7:30 ਵਜੇ ਫਿਰ ਰਿਹਾ ਸੀ ਤੇ ਉੱਤੇ ਚੜ੍ਹਨ ਲੱਗਾ ਕਿ ਛੇੜ ਲਾ, ਮੈਂ ਕਿਹਾ ਫਿਰਨ ਦੇ 4 ਮਿੰਟ ਘੱਟ 8 ਬੈਠੇ ਉਹਨੇ 12 ਵਜੇ ਬੈਠਿਆ ਫਿਰਤ 'ਚ, ਉਹ ਮੈਂ ਕਿਹਾ ਚੱਲ ਪਾਣੀ ਦੇ ਕੇ ਛੱਡ ਦਈਏ, ਉਹ ਬੈਠਾ 6 ਤੋਂ 12, ਉਹਨੇ ਕਿਹਾ ਮੈਨੂੰ ਕਿੰਨੇ ਫੜਨਾ ਜੋੜੇ ਦਾ ਪੱਠਾ ਦੇਖਿਆ ਸਰ ਕਿਹੜਾ ਉਹ ਦੇਖਿਆ ਜਿਹੜਾ ਪੱਠੀ ਪੱਠਾ ਕਿਹੜੇ ਜੋੜੇ ਦਾ, ਉਹ ਹੋਰ ਕੁਛ ਨੇ, ਹੋਰ ਕੁਛ ਨੇ ਉਹ ਤਾਂ ਅੱਗੋਂ ਇਹ ਹੁਣ ਪੱਠੀ ਪਟਾ ਆਪਸ ਫਿਰ ਕ੍ਰਾਸ ਕਰਕੇ ਤੇ ਇਹਨਾਂ ਦੇ ਅੱਗੋਂ ਫਿਰ ਵਧਾਉਣ ਲੱਗੇ ਇਹ ਬਾਪ ਇਹਨਾਂ ਦਾ। ਅਜੇ ਵੀ ਘਰੋਂ ਫੋਨ ਆਉਂਦੇ ਦੱਸਿਆ ਸੁਬਹ ਪੇਪਰ ਨਾ ਪਾਈ ਬੱਚਿਆਂ ਨੂੰ ਛੱਡਿਆ, ਪੇਪਰ ਨਾ ਹੁੰਦਾ ਸਾਰਾ ਸਾਰੇ ਵੀ ਨਾ ਪਾਈ ਦਾ ਤਾਂ ਰਿਟਾਇਰਮੈਂਟ ਲੈ ਲਓ ਨਹੀਂ ਉਹ ਮੈਨਾ ਕੱਢ ਦਿਖਾ ਦੇ ਕੋਈ ਮੈਨਾ ਥੋੜੀ ਜਿਹੀ ਸੁਸਤੀ ਪਈ ਸੀ ਲਾਤੀ ਇਹ ਜੋੜੇ ਦਾਣਾ ਹੁਣ ਬੜਾ ਮਹਿੰਗਾ ਹੋ ਗਿਆ ਜੀ ਜੋੜਾ ਇਹ ਕੰਮ ਦੇ ਹਾਂ ਚੰਗਾ ਹੋਏ ਚੰਗਾ ਹੋਏ ਉਹਨੇ ਰਹਿਣਾ ਐਸੇ ਤਰੇ ਬਾਕੀ ਕੋਈ ਨਹੀਂ ਹੈ ਵੈਸੇ 80-85 ਜੋੜੇ ਉਹ ਉੱਪਰ ਪਿਆ ਉਹ ਇੰਨਾ ਦਿਨ ਸਾ
ਉਹ ਨਾ ਇੱਕ ਥੱਲੇ ਛੱਡਿਆ ਹੋਏਗਾ ਪ੍ਰਮੋਦ ਪੱਠਾ ਹੋਏਗਾ ਉਹ ਲਿਆਈ ਫੜ ਕੇ ਜੋੜੇ ਹੀ ਫੜ ਲਿਆ ਅੱਖਾਂ ਹੋਰ ਨੀ ਉਨਾਸੀ ਵਾਲੇ ਉਹ ਉਹ ਚੀਜ਼ ਹੋ ਜਾਂਦਾ ਹੈ ਨਾ ਉਨਾਸੀ ਵਾਲੇ ਗਾਟਾ ਗੂਟਾ ਚੁੰਝੀ ਵਾਪਰ ਬੋਲੋ ਨਹੀਂ ਨਹੀਂ ਉਹਨੂੰ ਨਾ ਫੜ ਪੱਕੀ ਅੱਖਾਂ ਦੇ ਦੂਰ ਦੋਵਾਂ ਡੈਡੀਆਂ ਵਰਗੀ ਬਣਾ ਲਈ ਮੁਸਲਮ ਸ਼ੇਖ ਦੀ ਦਾਦੀ ਦੀ ਮੁਸਲਮ ਸ਼ੇਖ ਦੀ ਮਾਂ ਹੈ ਨਾ ਮੁਸਲਮ ਸ਼ੇਖ ਦੀ ਮਾਂ ਸੈਂਟਰ ਦੇ ਵਿੱਚ ਖਾਂਦਾ ਉਹਦੇ ਵਿੱਚ ਲੱਖਾਂ ਦਾ ਸਾਡੇ ਹਾਂਜੀ ਹਾਂਜੀ ਰਸਤੇ 'ਚ ਰਸਤੇ 'ਚ ਹੀ ਜੀ ਫੈਸਲਾਬਾਦੋਂ ਆਧੇ ਕੱਲ ਮੈਂ ਨੰਬਰ ਆ ਗਿਆ ਕਿਹੜਾ ਪਹਿਲੇ ਨਰ ਦੇਖਿਆ ਵੀ ਉਹਦੀ ਪੱਠੀ ਹੈ ਜੀ ਸਭ ਤੋਂ ਪਹਿਲਾਂ ਕਿਹੜਾ ਸਭ ਤੋਂ ਪਹਿਲੇ ਨਰ ਜੀ ਮਾਦੀ ਵੀ ਉੱਡਦੀ ਨਰ ਵੀ ਉੱਡਦੇ ਸੀ ਉਹ ਫਿਰ ਆਪਸ 'ਚ ਜੋੜਾ ਲਗਾ ਕੇ ਲਿਆ ਪੱਠੀ ਇੱਕ ਨਹੀਂ ਸੀ ਤੇ ਇਸ ਜੋੜੇ ਦੀ ਪੱਠੀ ਸਾਡੇ ਕੋਲ 27 ਬੋਲ ਮਾਸ਼ਾਅੱਲਾ ਐਡਵੋਕੇਟ ਸਾਹਿਬ ਐਸੇ ਜੋੜਾ ਐਸੇ ਜੋੜਾ ਐਂਜੀ ਆ ਜੋ ਬਾਕੀ ਕਿੱਥੇ ਨੇ 27 ਮੋਰਾਂ ਨੇ ਆ ਬਧੋਨੀ ਜਦੋਂ ਅਸੀਂ ਚੈਂਪੀਅਨ ਬਣੇ ਸੀ ਉਦੋਂ ਵੀ ਸਾਡੇ ਕੋਲ ਉੱਡਦੀ ਸੀ ਇਹਦਾ ਪੱਠੀ ਸੀ ਜੀ 27 ਮੋਰਾਂ ਜਿਹੜਾ 27 ਮੋਰਾਂ ਦੇ ਬੱਚੇ ਤੋਂ ਸਟਾਰਟ ਲਿਆ ਸੀ ਇਹਦੇ ਵਿੱਚ ਟੈਡੀ ਮਿਕਸ ਹੈ ਇਹ ਅਸੀਂ ਉਡਾਉਣ ਵਾਸਤੇ ਹੁਣ ਮੈਂ ਤੁਹਾਨੂੰ ਉਹ ਦਿਖਾ ਰਿਹਾ ਜੀ ਕਿਹੜੇ ਅਸੀਂ ਉਡਾਈਦੇ ਨੇ ਮਤਲਬ ਕਿ ਇੱਕ ਅੱਧਾ ਪਰ ਉਹ ਇੱਕ ਹੈ ਪਰ ਹੈ ਵਿੱਚ ਕਿੱਧਰ ਨੂੰ ਬਸ ਮੈਂ ਕਿਹਾ ਘਰ ਆ ਰਜਿਸਟਰ ਸਾਹਿਬ ਲਾਹੌਰ ਜੀ ਇਸ ਨਰ ਦੀ ਪੱਠੀ ਸੀ ਜੀ ਇਹ ਜਿਹੜੇ ਇਹ ਉਹਦੀ ਮਾਂ ਜੀ ਉਸ ਪੱਠੀ ਦੀ ਮਾਂ ਕਿਹੜੀ ਸੀ ਇਸ ਨਰ ਦੀ ਪੱਠੀ ਸੀ ਇਹਦੀ ਪੱਠੀ ਵੀ ਉੱਡਦੀ ਰਹੀ ਸੀ
ਉਹਦਾ ਪਿਓ ਵੀ ਉੱਡਦਾ ਰਿਹਾ ਤੇ ਉਹ ਫਿਰ ਆਪਸ ਚ ਪੱਠੀ ਪੱਠਾ ਲਗਾ ਕੇ ਫਿਰ ਮਤਲਬ ਕਿ ਉਹ ਪੱਠੀ ਬਣਾਈ ਸੀ। तीसरी जगह थे जी उस वड्डी मादा तो तीसरी जगह थे लगा कुछ नहीं सेंटर च लिया ते चार नंबर चो चार नंबर च मेरे ख्याल मैं ना छड़िया सी उधर उन्दे तमाशा किया उन्हें आजाद फिरोज साहब ने जी सलाम अपने हाई कोर्ट सामने कल उठे आज हाई कोर्ट जी जी लालवा से लेट हो गए हाँ जी लॉयर जी सर जी सपोर्ट कर रहे असि इंडिपेंडेंट ग्रुप की आदम ने दिया तरह साहब भी पुत्र खलोता ना जेड़ा नून लीग दा ਬੁੱਢੇ ਚੇਂਜ ਨਾ ਕਰ ਦਿਆ ਜੇ ਤਨਵੀਰ ਬੁੱਢੇ ਜਰਾ ਦੇਖ ਕੇ चलो हुण बदल लवो भाईआ ना जी हुण बदल लवो एंड करा दिओ बस जी ठीक हो कबूतर फिर टूटता ही चंगा लग थोड़ा उधर होवो ना जगह दियो मलिक साहब ਸਭ
ਜੇ ਬੋਦੀਆਂ ਵਾਲੇ ਬੱਚੇ ਕੱਢਦੇ ਨੇ ਜੇ ਪਿਓਰ ਲਾਉਂਦੇ ਨਾ ਅਸੀਂ ਜੀ ਫਿਰ ਬੋਦੀਆਂ ਕੱਢ ਜਾਂਦੇ ਨੇ ਉਹ ਹੈ ਨੇ ਬੋਦੀਆਂ ਵਾਲੇ ਵੀ ਉਹ ਵਟਸਐਪ ਕੋਲ ਪਿਆ ਨੇ ਕੁਝ ਅੱਛਾ ਅੱਛਾ ਇੱਧਰ ਨਹੀਂ ਪਿਆ ਕੋਈ ਬੋਦੀ ਵਾਲਾ ਇੱਥੇ ਨਹੀਂ ਪਿਆ ਜੀ ਹੁਣ ਹੁਣ ਇੱਕ ਇਨਸ਼ਾ ਅੱਲਾਹ ਤਾਲਾ ਬੱਚੇ ਫਿਰ ਕੱਢਣਗੇ ਆ ਪਿਓਰ ਲਾਇਆ ਹੋਇਆ ਦੋਵੇਂ ਪਿਓਰ ਲਾਇਆ ਨੇ ਸਟਰਕਚਰ ਵੱਡਾ ਨਾ ਉਹਦਾ ਸਹਿਜ ਸੇ खुले टाइम जी भैन 8:26 बैठी जेठ बाहर जो लाओगे ना सब खत्म हो पानी आ रहा है अख ਕਿਸੇ ਨੇ ਜਾਂ ਤੇ ਮਾਰਿਆ ਹੈਗਾ ਬਸ ਉਹ ਲੜੀ ਹੋਈ ਪੰਚਾ ਕਰ ਲੈਣਾ ਆ ਜਾਓ ਕਈ ਯਾਰ ਕੋਈ ਅਗਲੀ ਅਕਸ ਦੋਵਾਂ ਚੱਲ ਵੇਖਿਆ ਉਹਦੇ 4 ਰੁਪਏ ਹੋਰ ਕੱਢ ਲਓ ਰਿਜ਼ਲਟ ਇਹ ਰੱਖੇ ਹੋਏ ਨੇ लगाने वाले को साथे आ गए जी वाइट स्टोन वेख के एक जोड़ा एक एक लिया जी एक सारे लगते हैं पता नहीं लगना जोड़ा केड़ा दो जोड़ा केड़ा ਪਿਓਰ 100% ਮਾਸਟਰ ਅਬਦੁੱਲਾ ਸਾਹਿਬ ਤੋਂ ਲਾ ਕੇ ਲਾ ਲੈਂਦੇ ਅੱਜ ਤੱਕ ਪਿਓਰ ਮਾਸਟਰ ਅਬਦੁੱਲਾ ਦੇ ਜਿਹੜੇ ਮੋਤੀਆਂ ਵਾਲੇ ਨੇ ਨਾ ਉਹ ਬੜੇ ਵੱਡੇ ਮੋਤੀਆਂ ਵਾਲੇ ਵੀ ਕੱਢਦੇ ਨੇ ਵਿੱਚ ਹੈ ਕੋਈ ਮੋਤੀ ਕੱਢਦੇ ਦਿਖਾਣ ਮੋਤੀਆਂ ਵਾਲੇ ਉੱਥੇ ਚਲੇਗਾ ਇੱਥੇ ਨਹੀਂ ਅੱਖਾਂ ਸੁਭਾ ਦੇਖਣ ਵਾਲੀਆਂ ਮੋਤੀਆਂ ਵਾਲੇ ਜਾਲੀਦਾਰ ਉੱਥੇ ਚਲੇਗਾ ਜੀ ਆ ਪਰਸੋਂ ਚੌਥ ਹੀ ਗਿਆ ਨੇ 25 ਜੋੜੇ ਉੱਥੇ ਉਹ ਬੜੇ ਵੱਡੇ ਕੁੜੀ ਇਹਨਾਂ ਚੋਂ ਕੱਢਦੇ ਨੇ ਜੀ ਮੋਤੀ ਲਾਲ ਮੋਤੀਆਂ ਵਾਲੇ ਨਜ਼ਰ ਆਵੇ तकरीबन 28 साल का तकरीबन और आप अपना आप ही बुत अजे बुत पा रहे जी मोती लाई है उम्र हो गई है सब तो वड्डा 28 साल है जी कबूतर 27-28 साल पूरी 27-28 साल पक्की हाँ जी तो बुत पा रहा जी बुत पा रहा जी माशाल्लाह जी ठंड साल च बच्चे एक तो ही कड़ दा जी बस खुड्डा सी नहीं चेंज बड़ा जिन्नी ओदी उम्र कड्डी जा रहा है कड्डी जा रहा है बड़ी गल है कुंदा ही लदा है हेलो हेलो जितना लोग बड़ा है ये मास्टर जी बात सारे एक ही जेडे हुण आने सारे वही आने मादा
ਸਭ ਤੋਂ ਵੱਡਾ ਹੈ ਜੀ, ਫਿਰ ਆਇਆ ਆ ਗਿਆ ਜੀ, ਉਸ ਤੋਂ ਬਾਅਦ ਆਇਆ ਨਹੀਂ ਨਹੀਂ ਹਾਂਜੀ ਚੜਾਈ ਦੇ ਲਾਲ ਖਲਚ ਵੀ ਕੱਢਦੇ ਨੇ, ਗ੍ਰੀਨ ਕਲਰ ਵੀ ਕੱਢਦੇ ਨੇ, ਬਹੁਤ ਬੁਰਾ ਨੇ ਆਪਣੇ ਕੋਲ ਆਏ ਜੋੜੇ ਦੇ ਵੀ ਦਿਖਾਉਂਦੇ ਇਹ ਸਾਡੇ ਕੋਲ ਕੁੱਲ ਤਕਰੀਬਨ 35 ਜੋੜੇ ਸਿਰਫ ਇਹਨਾਂ ਵਿੱਚੋਂ ਇੱਕ ਮਾਤਾ ਕਾਸਟ ਨੂੰ ਲਾਈਏ ਥੋੜਾ ਜਿਹਾ ਮਿਹਰਬਾਨੀ ਕਰੋ ਚਲੋ ਬਦਲਦੇ ਹੋ ਯਾਰ ਨਹੀਂ ਅਸੀਂ ਫੇਰ ਚੱਕਰ ਲਾ ਲਾਂਗੇ ਤੁਸੀਂ 20 ਸਾਲਾਂ ਬਾਅਦ ਅੱਗੇ ਆਏ ਜੇ ਨਹੀਂ ਉਹ ਇੱਧਰ ਪਹਿਲੇ ਆ ਜਾਂਦਾ ਜੀ ਸਾਡਾ ਰੋਡ ਜਿਹੜਾ ਨਾ ਹਾਂਜੀ ਤੇ ਉਹ ਸਾਰਾ ਦੇ ਨਾਲ ਹੀ ਨਿਕਲੀਦਾ ਸੀ ਹਾਂਜੀ ਜਿੱਦਾਂ ਨੂੰ ਲਾਏ ਨਹੀਂ ਉੱਧਰ ਚਲੇ ਜਾਈਏ ਸਾਡੇ ਕੋਲ ਬਦਲਾ ਯਾਰ ਕੋਈ ਹੋਰ ਕਾਲ ਨੀਲਿਆਂ ਦਾ ਕੋਈ ਦਿਖਾ ਦਿਓ ਨੀਲੇ ਵਿਖਾ ਦਿਓ ਆਪਣਾ ਮੁਰਦੇ ਵਿਖਾ ਦਿਓ ਚਾਰ ਜੋੜੇ ਵਿਖਾ ਦਿਓ ਬਸ ਪੇਪਰ ਬੱਚਿਆਂ ਦਾ ਸਿਰਫ ਜਾਗਰਣ ਥੋੜਾ ਬਹੁਤਾ ਪੜ੍ਹਨਾ ਹੋਗਾ ਘਰ ਸਾਡੇ ਅੱਛੀ ਨਸੀਬੀ ਹੈ ਤੁਸੀਂ ਆਏ ਜੀ ਨਹੀਂ ਬਿਲਕੁਲ ਨਹੀਂ ਕੱਢਦੇ ਸਲੇਟਾਂ ਕੱਢ ਲੈਂਦੇ ਨੇ ਸਲੇਟਾਂ ਕੱਢ ਲੈਂਦੇ ਨੇ ਅਕਬਰ ਯਾਸਰ ਇੱਧਰ ਆ ਜਾਓ ਮੇਰੇ ਕੋਲ ਰਾਜ ਅਰਸ਼ਦ ਸਾਹਿਬ ਆਉਂਦੇ ਨੇ ਮੇਰੇ ਕੋਲ ਨੀਲੇ ਨੇ ਸਲੇਟੀ ਵੀ ਕੱਢ ਦੋ ਇਹ ਵੀ ਸਲੇਟੀ ਕੱਢਦੇ ਪੰਜਾਬ ਦੇ ਚੈਂਪੀਅਨ ਬਣੇ ਸਾਂ ਸਾਡੇ ਪੁਲਿਸ ਨੇ ਨਿਕਲ ਦੇਣਾ ਤਨਵੀਰ ਇੱਧਰ ਤਨਵੀਰ ਕੈਪਸੂਲ ਦੇ ਮੇਰੇ ਕੋਲ ਮੌਕੇ ਮੈਂ ਬੜੀ ਮੁਸ਼ਕਲ ਦੁਬਾਰਾ ਬਹਾਲ ਕੀਤੇ ਗਰੁੱਪ ਦੇ ਵਿੱਚ ਨਾ ਅੱਛੀ ਗੱਲ ਹੈ ਮੁਰਗੇ ਦਾ ਸ਼ੌਕ ਕਰਦੇ ਨੇ ਕਬੂਤਰ ਉਹਨਾਂ ਕੋਲ ਵੀ 10-12 ਜੋੜੇ ਪਿਓਰ ਪੈਰ ਪਾਬੰਦ ਪੈਰ ਨੇ ਉਹ ਅੰਦਰ ਵੱਡੇ ਭਾਈ ਦੇ ਨਾਲ ਆਪਣੇ ਸ਼ੌਕ ਤਿੱਤਰਾਂ ਲੱਗ ਗਏ ਤੇ ਮੁਰਦਾ ਵੀ ਕੋਈ ਦਿਖਾ ਦੇ ਕਰ ਲੈ ਗਿਆ ਉੱਥੇ ਚਲੋ ਕੋਈ ਗੱਲ ਨੀ
ਮਿਹਰਬਾਨੀ ਕੋਈ ਜੁੜਾ ਚਲ ਕੋ ਜਿਉਂਦਾ ਵਿਖਾ ਦੇ ਕਿ ਮਰਦਾ ਨਹੀਂ ਹੈਗਾ ਤੇ ਖਾਂ ਜੀ ਬਸ ਕਰੋ ਆ ਜਾਓ ਆਖਰੀ ਲੈ ਆਓ ਬਸ ਹੁਣ ਗਏ ਹੋ ਤਾਂ ਤੁਹਾਨੂੰ ਫੇਰ ਆਣਾ ਪਊ ਛੱਡ ਹੀ ਆਓ ਕਿ ਨਾ ਲੈ ਆਓ ਨਨਕਾਣਾ ਸਾਹਿਬ ਮੋਟਰ ਵੇ ਚੜੋ ਤੁਸੀਂ ਠੋਕਰ ਵੀ ਜਾ ਸਕਦੇ ਨਨਕਾਣਾ ਸਾਹਿਬ ਤੋਂ ਮੋਟਰ ਵੇ ਕਿੱਥੇ ਚੜਾਣਾ ਸਿੱਧੀ ਮੋਟਰ ਵੇ ਕਿੱਥੇ ਆਉਂਦੇ ਨਨਕਾਣਾ ਸਾਹਿਬ ਰਸਤਾ ਆਉਂਦਾ ਜਾ ਰਿਹਾ ਅੰਦਰ ਨਹੀਂ ਬਾਹਰੋਂ ਬਾਹਰ ਨਿਕਲ ਜਾਣਾ ਤੁਸੀਂ ਕਿਸ ਨੂੰ ਪੁੱਛਣਾ ਮੋਟਰ ਵੇ ਜਾਣਾ ਇੱਥੋਂ ਐਪ ਹੈ ਥੋੜ੍ਹੀ ਦੂਰ ਪਿੱਛੇ ਜਾ ਕੇ ਨਨਕਾਣਾ ਬਾਈ ਬਾਈ ਦੀ ਗੱਲ ਕਰ ਲਈ ਡਬਲ ਰੋਡ ਹੈ ਕਾਰਪੋਰੇਟ ਰੋਡ ਨੇ ਡਬ ਤੋੜੋ ਤੋੜ ਸਾਫ ਰੋਡ ਮੈਂ ਉਹੀ ਕਹਿ ਰਿਹਾ ਨਾ ਚੜ੍ਹ ਜਾਓ ਸਾਡੇ ਲੋਏ ਨੇ ਨਹੀਂ ਉਹ ਜਦੋਂ ਉਧਰ ਧਿਆਨ ਹੋਵੇ ਬੰਦਾ ਦਿਨ ਥੱਕ ਜਾਂਦਾ ਉਧਰ ਜਾਣਾ ਟੱਚ ਮਾਰੀ ਰੱਖਣੇ ਆ ਅਸੀਂ ਕੱਢ ਕੇ ਉਧਰੋਂ ਸਾਡਾ ਮਕਸਦ ਹੁੰਦਾ ਕਬੂਤਰ ਮਗਰੋਂ ਤੋਂ ਬਾਅਦ ਇੱਕ ਕਬੂਤਰ ਦੀ ਤੁਸੀਂ ਕਰਦੇ ਹੋ ਨਾ ਸਟ੍ਰਕਚਰ ਨਹੀਂ ਖਰਾਬ ਹੁੰਦੀ ਇੱਕ ਸੁਜੀਕ ਕਬੂਤਰ ਦੀ ਠੀਕ ਹੁੰਦੀ ਹੈ ਕੋਈ ਕਬੂਤਰ ਦਾ ਕੋਲ ਨਹੀਂ ਆਇਆ ਪਰ ਹੁੰਦਾ ਇੱਕ ਵੀ ਨਹੀਂ ਆਇਆ ਆਈ ਨਹੀਂ ਸਭ ਠੀਕ ਨੇ ਕੰਟਰੋਲ ਚ ਨੇ A1 ਨੇ ਆਈ ਨਹੀਂ ਕੋਈ ਵੀ ਬਸ ਤੇ ਬੈਠ ਕੇ ਸਿਰਫ ਉਹ ਜੋੜੇ ਲੱਗਦੇ ਉੱਡਣ ਵਾਸਤੇ ਉਹ ਮਾਸਟਰ ਖਾਨ ਸਾਹਿਬ ਨੇ ਜੀ ਇਹਨਾਂ ਦੀ ਰਹਿਨਮਾਈ ਜ਼ਿਆਦਾ ਇਹਨਾਂ ਦੀ ਰਹਿਨਮਾਈ ਵੀ ਜ਼ਿਆਦਾ ਲਿਖੀ ਗੱਲ ਹੈ ਇੱਥੇ ਜੋੜਿਆਂ ਵਾਸਤੇ ਵੀ ਨਾ ਸਾਰਾ ਸਾਰਾ ਅਸੀਂ ਗਰੁੱਪ ਹੀ ਹਾਂ ਜੀ ਅਸੀਂ ਕੋਈ ਓਪਰਾ ਬੰਦਾ ਨਹੀਂ ਹੈ ਜੀ ਠੀਕ ਹਜੇ ਇਹ ਸ਼ੇਖੂਪੁਰਾ ਤੋਂ ਕਮ ਅਜ਼ ਕਮ 5 ਗੱਡੀਆਂ ਹੋਰ ਆ ਸਕਦੀਆਂ ਸੀ ਆਪਣੇ ਗਰੁੱਪ ਦੀਆਂ ਜਿਹੜੀਆਂ ਨੇ ਇਹ ਸਾਰਾ ਇੱਕ ਆਪਣਾ ਹੀ ਗਰੁੱਪ ਹੈ ਅਸੀਂ ਤੇ ਹੁਣ ਜੀ ਮੀਆਂ ਸਾਹਿਬ ਹੱਡੀਆਂ ਜੋੜ ਬੰਦ ਜਿਹੜੇ ਨਾ ਨਹੀਂ ਦੇਖਦੇ ਕਰਦੇ ਅਸੀਂ ਕੋਈ ਕਬੂਤਰੀ ਪਾਉਂਦੇ ਹਾਂ ਅਸੀਂ ਸੋਰੀ ਕਬੂਤਰ ਪਾਉਂਦੇ ਹਾਂ ਕਬੂਤਰੀਆਂ ਤੇ ਇੱਕ ਦੋ ਮੇਰੇ ਖਿਆਲ ਪਾਈਆਂ ਹੋਣੀਆਂ ਚੋਰਾਂ ਯਾਰਾਂ ਅਸ਼ਕਾਂ ਕਸਮਾਂ ਨਾਲ ਸਾਡਾ 29 ਨੰਬਰ ਏਡਾ ਹੀ ਸੀ ਜੀ ਜਿਹੜਾ ਚੈਂਪੀਅਨ ਕਬੂਤਰ ਰਿਹਾ ਨਾ ਸਾਡਾ 4 ਸਾਲ 29 ਨੰਬਰ ਜਦੋਂ ਗਿਆ ਨਾ ਹਨੇਰੇ 'ਚ ਗਿਆ ਸਾਡੇ ਮੁਖਾਲਫੀ ਨੇ ਵੀ ਸਾਡੇ ਨਾਲ ਫੋਨ 'ਤੇ ਅਫਸੋਸ ਕੀਤਾ ਕਿ ਯਾਰ ਸੋਰੀ ਯਾਰ ਤੁਹਾਡਾ 29 ਨੰਬਰ ਇਹ ਵੀ ਵੱਡੀ ਹੈ ਭਾਅ ਇਹ ਵੀ ਬਹੁਤ ਵੱਡੀ ਇਹ ਵੀ ਵੱਡੀ ਬਹੁਤ 27 ਨੰਬਰ ਦਿਖਾਏ ਸੀ 19 ਨੰਬਰ ਜਿਹਦੇ 'ਚ 9 ਆਏਗਾ ਨਾ ਜੀ ਉਹ ਸਾਡੀ ਇੱਕ ਬਰੀਡ ਜਿਹਦੇ 7 ਆਏਗਾ ਉਹ ਇੱਕ ਬਰੀਡ ਜਿਹਦੇ 5 ਆਏਗਾ ਉਹ
देखे ना देखे शबीर तो देखे देख रहा है मैं नहीं माफी देता मुहताज नहीं किसी भी कबूतरी का ऐसा कबूतर लो जी राणा साहब सारे चंगे ने नहीं बिचो उस्ताद जी फिर सारे जो को लाला तो निकल गई मैं लगता है अंडा नहीं ला बस आई हुई आज वो जांजी थे सारे ही लाला थे लाला देखी बन ना लाला थे अपनी ब्रीड है ये तो मैं लगता है चोल बांधी हुई है ये अपनी ब्रीड है जितने जोड़े लाड़े ना ये जो मुताज ही नहीं है वो कहता है जब ये मर्दी मर्दी मेरे ना ला जाए एक वो ब्रीड चुन देने मगर कोई नहीं भी उड़ दे या उड़ा ये भी हो जाता है ਜਾਗਾ ਚੱਕਰ ਲੱਗਣੇ ਜਾਂਦੇ ਤੁਹਾਡੇ ਵੀ ਲੱਗਦੇ ਤੁਹਾਡਾ ਘਰ ਹੈ ਜੀ ਕੋਈ ਮਰਜ਼ੀ ਤੁਹਾਡਾ ਆਪਣਾ ਘਰ ਹੀ ਸ਼ੁਰੂ ਹੋ ਜਾਂਦੇ ਜੀ ਪੱਠੇ ਤੋਂ ਉੱਥੇ ਸ਼ੇਖੂਪੁਰਾ ਤੋਂ ਸ਼ੁਰੂ ਹੋ ਜਾਂਦੇ ਬਹੁਤ ਸ਼ੁਕਰੀਆ